ਅਤੇ ਮੇਰੇ ਜਿਹੜੇ ਬਾਪੂ ਜੀ ਨੇ ਉਹਨਾਂ ਨੂੰ ਮੇਰੇ ਗੋਡਿਆਂ ਦੀ ਪ੍ਰੋਬਲਮ ਅਤੇ ਅੱਖਾਂ ਦੀ ਮੋਤੀ ਉੱਤੋਂ ਤਾਂ ਚਿੱਟਾ, ਅਤੇ ਉਹਨਾਂ ਨੇ ਲੈਣੀ ਸ਼ੁਰੂ ਕੀਤੀ 2-3 ਮਹੀਨੇ ਤੋਂ ਪਹਿਲਾਂ ਤੋਂ, ਅਤੇ ਹੁਣ ਤੱਕ ਉਹਨਾਂ ਨੇ 4-5 ਬੋਤਲਾਂ ਪੀ ਚੁੱਕੇ ਨੇ ਉਹ, ਅਤੇ ਜਿਹੜਾ ਉਹਨਾਂ ਦਾ ਗੋਡਿਆਂ ਦਾ ਦਰਦ ਆ ਉਹ ਜਮਾਂ ਹੀ ਚੱਕਿਆ ਗਿਆ ਜਾਣੀ ਕਿ, ਹਾਂਜੀ ਜੀ, ਅਤੇ ਜਾਣੀ ਹੁਣ ਚੱਲਣ ਫਿਰਨ ਲੱਗ ਗਏ, ਪਹਿਲਾਂ ਤਾਂ ਚੱਲ ਵੀ ਨਹੀਂ ਹੁੰਦਾ ਸੀ ਉਹਨਾਂ ਤੋਂ, ਅਤੇ ਜਿਹੜਾ ਨਿਗਾਹ ਦਾ ਸੀਗਾ ਉਹਨਾਂ ਦਾ ਉਹਨੂੰ ਧੁੰਦਲਾ ਧੁੰਦਲਾ ਸੀਗਾ ਸੀ, ਉਹ ਵੀ ਚੱਕਿਆ ਗਿਆ ਜਾਣੀ ਕਿ, ਜਾਣੀ ਕਿ ਇਹਨਾਂ ਦਾ ਇੰਨਾ ਬਹੁਤ ਵਧੀਆ ਇਹ ਪ੍ਰੋਡਕਟ ਹੈ ਇਹਨਾਂ ਦਾ ਵੀ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਉਹ ਵੀ ਚੱਕੇ ਜਾਂਦੇ ਨੇ, ਮੈਂ ਕਈਆਂ ਤੋਂ ਸੁਣਿਆ। ਗੋਡੇ ਦੇ ਸਰੀਰ ਹੀ ਲੱਤਾਂ ਕੰਬਣ ਬੁਰਾ ਹਾਲ ਸਰੀਰ ਦਾ, ਸੇਬ ਨੇ ਇੰਨੇ ਬਿਮਾਰ ਹੈ ਮੇਰੇ ਖਿਆਲ ਵੀ 10 ਸਾਲ 'ਚ ਕੋਈ ਇੰਨੀ ਦਵਾਈ ਨਹੀਂ ਲਈ ਹੋਣੀ ਜਿੰਨੇ ਮੈਂ ਸੇਬ ਮਿਲਿਆ ਸੀ ਦਵਾਈ ਟੀਕੇ ਲੈ ਲਏ, ਅਤੇ ਮੈਨੂੰ ਜਦ ਇਹਦਾ ਪਤਾ ਲੱਗਿਆ ਮੈਂ ਸ਼ੁਰੂ ਕੀਤੀ, ਅਤੇ ਪਹਿਲਾਂ ਵੀ ਮੈਂ ਜਿੰਮ ਲਾਉਂਦਾ ਸੀਗਾ ਰਨਿੰਗ ਕਰਦਾ ਸੀਗਾ, ਅਤੇ ਉਸ ਤੋਂ ਬਾਅਦ ਜਦ ਬਿਮਾਰ ਹੋ ਗਿਆ ਸਿਹਤ ਮੈਨੂੰ ਬਿਲਕੁਲ ਸਰੀਰ ਚਲੋ ਹਟ ਗਿਆ ਜਾਣੀ ਇੰਨਾ ਕਮਜ਼ੋਰ ਹੋ ਗਿਆ ਮੇਰਾ, ਅਤੇ ਜਦੋਂ ਦੇਹ ਸ਼ੁਰੂ ਕੀਤੀ ਮੇਰਾ ਘਰ ਮੈਂ 20 ਦਿਨ ਨਹੀਂ ਲੱਗੇ ਮੈਨੂੰ, ਮੈਂ ਫਿਰ ਰਨਿੰਗ ਕਰਨ ਲੱਗ ਗਿਆ, ਐਕਸਰਸਾਈਜ਼ ਕਰਨ ਲੱਗ ਗਿਆ, ਜਿੰਮ ਲਾਉਣ ਲੱਗ ਗਿਆ, ਅਤੇ ਅੱਜ ਵੀ ਮੈਂ ਘੱਟੋ ਘੱਟ 5 ਕਿਲੋਮੀਟਰ ਰਨਿੰਗ ਕਰਕੇ ਆਇਆ। ਮੈਂ ਕਹਿੰਦਾ ਜੀ ਮੈਂ ਜੋ ਪਹਿਲਾਂ ਲਾਈਵ ਚਾਹੁੰਦਾ ਮੇਰੀ ਉਹੀ ਦੁਬਾਰਾ ਆ ਗਈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੌਰਵ ਗੋਇਲ, ਡਿਜੀਟਲ ਪੰਜਾਬ ਲਾਈਵ ਤੁਸੀਂ ਦੇਖ ਰਹੇ ਹੋ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਅਸੀਂ ਆਯੁਰਵੈਦਾ ਨੂੰ ਪ੍ਰਮੋਟ ਕਰਨ ਲਈ ਜੋ ਬੀੜਾ ਚੁੱਕਿਆ ਹੋਇਆ ਹੈ ਅਲੱਗ ਅਲੱਗ ਡਾਕਟਰਸ ਕੋਲ ਜਾ ਕੇ ਅਲੱਗ ਅਲੱਗ ਜਗ੍ਹਾ 'ਤੇ ਜਾ ਕੇ ਤੁਹਾਨੂੰ ਆਯੁਰਵੈਦਾ ਦੇ ਨਾਲ ਜਾਣੂ ਕਰਵਾਉਂਦੇ ਹਾਂ, ਕਿਉਂਕਿ ਆਯੁਰਵੈਦਾ ਮੈਂ ਜਿਸ ਤਰ੍ਹਾਂ ਹਰ ਵਾਰ ਕਹਿੰਦਾ ਵੀ ਭਾਰਤ ਦੀ ਹੀ ਦੇਣ ਹੈ। 5000 ਸਾਲ ਪਹਿਲਾਂ ਆਯੁਰਵੈਦਾ ਨੇ ਦਵਾਈਆਂ ਦਾ ਇੱਕ ਜੋ ਭੰਡਾਰ ਆਯੁਰਵੈਦਾ ਨੇ ਪੂਰੀ ਦੁਨੀਆ ਨੂੰ ਦਿੱਤਾ ਸੀ, ਅੱਜ ਵੀ ਹਰ ਇੱਕ ਮੈਡੀਸਨ ਆਯੁਰਵੈਦਾ ਦੇ ਥਰੂ ਬਣ ਰਹੀ ਹੈ। ਉਸ ਦੇ ਨਾਲ ਹੀ ਅੱਜ ਗੱਲ ਕਰਾਂਗੇ, ਅਸੀਂ ਲੁਧਿਆਣਾ ਪਹੁੰਚੇ ਹਾਂ, ਨਿਊਟ੍ਰੀਸ਼ਨ ਐਕਸਪਰਟ ਸਾਡੇ ਨਾਲ ਨੇ ਜੋ ਤੁਹਾਨੂੰ ਦੱਸਣਗੇ ਵੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਉਪਯੋਗ ਕਰਨਾ ਚਾਹੀਦਾ ਜਿਸ ਦੇ ਨਾਲ ਸਾਨੂੰ ਦਵਾਈਆਂ ਦੀ ਜ਼ਰੂਰਤ ਹੀ ਨਾ ਪਵੇ। ਤਾਂ ਹੋਰ ਗੱਲਬਾਤ ਕਰਦੇ ਹਾਂ ਆਯੁਰਵੈਦਾ ਦੇ ਮਾਹਿਰ ਨੇ। ਸਤਿ ਸ਼੍ਰੀ ਅਕਾਲ ਸਰ, ਥੈਂਕਸ ਤੁਹਾਡਾ। ਸਰ, ਇਸ ਤਰ੍ਹਾਂ ਆਯੁਰਵੈਦਾ ਕਹਿੰਦਾ ਵੀ ਸਾਨੂੰ ਦਿਨ ਚਰਿਆ ਦੇ ਵਿੱਚ ਕੀ ਖਾਣਾ ਚਾਹੀਦਾ, ਕੀ ਨਹੀਂ ਖਾਣਾ ਚਾਹੀਦਾ, ਕਿਹੜੀਆਂ ਚੀਜ਼ਾਂ ਦੀ ਸਰੀਰ ਦੇ ਵਿੱਚ ਕਮੀ ਰਹਿੰਦੀ ਹੈ? ਖਾਸ ਕਰਕੇ ਅੱਜ ਕੱਲ੍ਹ ਦੇਖਣ ਵਾਲੀ ਗੱਲ ਹੈ ਵੀ ਲੋਕ ਦਵਾਈਆਂ ਤੋਂ ਬਿਨਾਂ ਕੁਛ ਕਰ ਹੀ ਨਹੀਂ ਪਾਉਂਦੇ, ਔਰ ਆਯੁਰਵੈਦਾ ਦੇ ਹਿਸਾਬ ਨਾਲ ਤੁਸੀਂ ਕੀ ਕਹਿੰਦੇ ਹੋ ਵੀ ਕਿਸ ਤਰ੍ਹਾਂ ਦਵਾਈਆਂ ਤੋਂ ਬਚਿਆ ਜਾ ਸਕਦਾ? ਆਯੁਰਵੇਦ ਸਰ ਇਹ ਨਹੀਂ ਕਹਿੰਦਾ ਵੀ ਕੋਈ ਪਰਟੀਕੁਲਰ ਪਰਸਨ ਨੂੰ, ਮਤਲਬ ਕਿ ਇੱਕੇ ਪਰਸਨ ਨੂੰ ਸਭ ਮੈਡੀਸਨ ਲੱਗ ਜਾਏਗੀ, ਇੱਦਾਂ ਦੀ ਮੈਡੀਸਨ ਕੋਈ ਨਹੀਂ ਬਣੀ। ਹਰੇਕ ਦੀ ਬੋਡੀ ਅਲੱਗ ਆ, ਹਰੇਕ ਨੂੰ ਅਲੱਗ ਅਲੱਗ ਤਰੀਕੇ ਨਾਲ ਅਲੱਗ ਅਲੱਗ ਬਿਮਾਰੀ ਆਉਂਦੀ ਹੈ, ਅਲੱਗ ਅਲੱਗ ਠੀਕ ਹੁੰਦਾ ਉਹ ਟਾਈਮ ਪੀਰੀਅਡ ਦੇ ਹਿਸਾਬ ਨਾਲ, ਕਿਸੇ ਨੂੰ 5 ਦਿਨ 'ਚ ਠੀਕ ਹੁੰਦਾ, ਕੋਈ 5 ਦਿਨ 'ਚ ਬਿਮਾਰ ਹੁੰਦਾ, ਸਾਰਿਆਂ ਦੀ ਅਲੱਗ ਅਲੱਗ ਥਿਊਰੀ ਆ। ਆਯੁਰਵੇਦ ਵਿੱਚ ਇਹ ਚੀਜ਼ ਹੁੰਦੀ ਆ ਕਿ ਆਯੁਰਵੇਦ ਹੈ ਇੰਡੀਅਨ, ਆਪਣਾ ਇੱਕ ਤਾਂ ਬਾਹਰੋਂ ਨਹੀਂ ਆਇਆ, ਰਸ਼ੀਆ ਕੈਨੇਡਾ ਵਗੈਰਾ ਤੋਂ, ਇਹ ਹੈ ਇੰਡੀਅਨ ਆ। ਇਹਨੂੰ ਬਸ ਯੂਜ਼ ਕਰਨ ਦਾ ਤਰੀਕਾ ਆਉਣਾ ਚਾਹੀਦਾ ਆਪਾਂ ਨੂੰ, ਜਿਹੜਾ ਕਿ ਅੱਜ ਕੱਲ੍ਹ ਦੇ ਜਿਹੜੇ ਨਿਊਟ੍ਰੀਸ਼ਨ ਜਾਂ ਹੋਰ ਜਿਹੜੇ ਹੈਗੇ ਨੇ ਜਾਂ ਜਿਮਨਾਸਟਿਕ ਨੇ, ਜਿਹੜੇ ਸਹੀ ਤਰੀਕੇ ਨਾਲ ਨਹੀਂ ਲੈ ਪਾਉਂਦੇ ਅਤੇ ਆਯੁਰਵੇਦ ਨੂੰ ਗਲਤ ਸਾਬਿਤ ਕਰਨਾ ਚਾਹੁੰਦੇ ਨੇ,